ਗੁੱਡ ਮਾਰਨਿੰਗ ਸਟੂਡੈਂਟਸ ਮਾਈਸੈਲਫ ਨਵਜੂ ਸਿੰਘ ਐਂਡ ਮਾਈ ਟਾਪਿਕ ਇਜ਼ ਡਿਜ਼ੀਜ਼ਸ ਆਫ ਵੈਜੀਟੇਬਲ ਕ੍ਰੌਪਸ ਐਂਡ ਕੰਟਰੋਲ ਮੈਅਰਸ ਯਾਨੀ ਕਿ ਸਬਜ਼ੀਆਂ ਦੀਆਂ ਪ੍ਰਮੁੱਖ ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ ਸੋਲੇਸ਼ੀਅਸ ਵੈਜੀਟੇਟੇਬਲ ਕ੍ਰੌਪਸ ਦੇ ਵਿੱਚ ਇਨਕਲੂਡ ਕਰਦੇ ਨੇ ਟਮਾਟਰ ਆਲੂ ਮਿਰਚ ਬੈਂਗਨ ਅਤੇ ਸ਼ਿਮਲਾ ਮਿਰਚ ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਾਂਗੇ ਟਮਾਟਰ ਦੀਆਂ ਮੁੱਖ ਬਿਮਾਰੀਆਂ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਹੈ ਟਮੈਟੋ ਲੇਟ ਬ্লাইਟ ਜਿਸ ਨੂੰ ਪੰਜਾਬੀ ਵਿੱਚ ਅਗੇਤਾ ਚੁਲਸ ਰੋਗ ਵੀ ਕਿਹਾ ਜਾਂਦਾ ਹੈ ਇਸ ਦਾ ਕਾਰਕ ਜੀਵ ਹੈ ਫਾਈਟੋਫਥोरा ਇਨਫੈਸਟੈਂਸ ਲੱਛਣ ਪੱਤਿਆਂ ਅਤੇ ਟਮਾਟਰਾਂ ਉੱਤੇ ਕਾਲੇ ਭੂਰੇ ਰੰਗ ਦੇ ਤੱਬੇ ਪੈ ਜਾਂਦੇ ਹਨ ਬਿਮਾਰੀ ਦੇ ਗੰਭੀਰ ਹਮਲੇ ਦੀ ਹਾਲਤ ਵਿੱਚ ਪੱਤੇ ਪੀਲੇ ਹੋ ਕੇ ਡਿੱਗ ਜਾਂਦੇ ਹਨ ਅਤੇ ਫਲ ਗਲ ਜਾਂਦੇ ਹਨ। ਰੋਗ ਥਾਮ ਬਿਮਾਰੀ ਦੇ ਹੱਲੇ ਮੁਤਾਬਕ ਇੰਡੋਫਲਨ ਐਮ 45 ਦਵਾਈ 600 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 7 ਦਿਨਾਂ ਦੇ ਵਕਫੇ ਤੇ ਛਿੜਕੀਣੀ ਚਾਹੀਦੀ ਹੈ। ਬੀਜ ਰੋਗ ਰਹਿਤ ਫਲਾਂ ਤੋਂ ਲੈਣਾ ਚਾਹੀਦਾ ਹੈ। ਨੈਕਸਟ ਅਸੀਂ ਡਿਸਕਸ ਕਰਾਂਗੇ ਟਮੇਟੋ ਮਜ਼ੇਕ ਜਿਸ ਨੂੰ ਚਿੱਤ ਕਬਰਾ ਰੋਗ ਵੀ ਕਿਹਾ ਜਾਂਦਾ ਹੈ ਇਸ ਦਾ ਕਾਰਕ ਜੀਵ ਹੈ ਵਾਇਰਸ ਲੱਛਣ ਪੱਤਿਆਂ ਤੇ ਗੂੜੇ ਹਰੇ ਅਤੇ ਹਲਕੇ ਰੰਗ ਦੇ ਉਬਰੇ ਚਟਾਕ ਪੈ ਜਾਂਦੇ ਹਨ ਇਹ ਵਿਸ਼ਾਣੂ ਰੋਗ ਤੇਲੇ ਰਾਹੀਂ ਫੈਲਦਾ ਹੈ ਰੋਕਥਾਮ ਬੀਜ ਰੋਗਗ੍ਰਹਿਤ ਫਸਲ ਤੋਂ ਲੈ ਕੇ ਬੀਜਣਾ ਚਾਹੀਦਾ ਹੈ। ਰੋਗੀ ਪੌਦੇ ਪੁੱਟ ਕੇ ਸਾੜ ਦੇਣੇ ਚਾਹੀਦੇ ਹਨ ਅਤੇ ਪੌਦਿਆਂ ਨੂੰ ਨਰਸਰੀ ਅਤੇ ਖੇਤ ਵਿੱਚ ਤੇਲੇ ਅਤੇ ਚਿੱਟੀ ਮੱਖੀ ਤੋਂ ਬਚਾਉਣ ਲਈ 1 ਮਿਲੀਲੀਟਰ ਰੋਗਗਰ ਜਾਂ ਮੈਟਾਸਟਾਕਸ ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ 10 ਦਿਨਾਂ ਦੇ ਵਕਫੇ ਤੇ ਛਿੜਕਾਅ ਕਰਨਾ ਚਾਹੀਦਾ ਹੈ। ਨੈਕਸਟ ਅਸੀਂ ਜਾਣਾਂਗੇ ਆਲੂ ਦੀਆਂ ਮੁੱਖ ਬਿਮਾਰੀਆਂ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਹੈ ਪੋਟੈਟੋ ਕਾਮਨ ਸਕੈਬ ਜਿਸ ਨੂੰ ਤਫਰੀ ਰੋਗ ਵੀ ਕਿਹਾ ਜਾਂਦਾ ਹੈ ਇਸ ਦਾ ਕਾਰਕ ਜੀਵ ਹੈ ਸਟੈਪਟੋਮਾਈਸਿਸ ਸਕੈਬਿਸ ਲੱਛਣ ਆਲੂਆਂ ਉੱਪਰ 0.5 ਤੋਂ 1.0 ਸੈਂਟੀਮੀਟਰ ਵਿਆਸ ਵਾਲੇ ਡੂੰਘੇ ਤੇ ਗੋਲ ਤੱਬੇ ਪੈ ਜਾਂਦੇ ਹਨ ਰੂਕtham ਬੀਜ ਰੋਗ ਰਹਿਤ ਬੀਜਣਾ ਚਾਹੀਦਾ ਹੈ ਹਰੀ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ ਆਲੂ ਪੈਣ ਤੋਂ ਬਾਅਦ ਫਸਲ ਨੂੰ ਸੋਕਾ ਨਹੀਂ ਲੱਗਣ ਦੇਣਾ ਚਾਹੀਦਾ ਤਫੜੀ ਰੋਗ ਵਾਲੀਆਂ ਜ਼ਮੀਨਾਂ ਵਿੱਚ 7 ਤੋਂ 8 ਹਫ਼ਤੇ ਦੀ ਸਣ ਜਾਂ ਗਰਮੀ ਰੋਧ ਦੀ ਮੂੰਗੀ ਦੀ ਹਰੀ ਖਾਦ ਕਰਨੀ ਚਾਹੀਦੀ ਹੈ ਨੈਕਸਟ ਅਸੀਂ ਡਿਸਕਸ ਕਰਾਂਗੇ ਪੋਟੈਟੋ ਬਲੈਕ ਸਕਰਫ ਇਸ ਨੂੰ ਖਰੀਂਡ ਰੋਗ ਵੀ ਕਿਹਾ ਜਾਂਦਾ ਹੈ ਇਸ ਦਾ ਕਾਰਕ ਜੀਵ ਹੈ ਰਾਈਜ਼ੋਕਟੋਨੀਆ ਸੋਲਾਨੀ ਲੱਛਣ ਰੋਗੀ ਆਲੂਆਂ ਉੱਤੇ ਖੁਰਦਰੇ ਕਾਲੇ ਰੰਗ ਦੇ ਖਰੀਂਡ ਪੈ ਜਾਂਦੇ ਹਨ ਇਹਨਾਂ ਆਲੂਆਂ ਤੋਂ ਪੈਦਾ ਹੋਏ ਬੂਟੇ ਮੁਰਝਾਏ ਹੋਏ ਜਾਪਦੇ ਹਨ ਰੋਕਥਾਮ ਰੋਗ ਰਹਿਤ ਬੀਜ ਹੀ ਬੀਜੋ ਬੀਜੇ ਜਾਣ ਵਾਲੇ ਆਲੂ 10 ਮਿੰਟਾਂ ਲਈ ਮੌਨਸਰਨ 250 ਮਲੀਲੀਟਰ ਪ੍ਰਤੀ 100 ਲੀਟਰ ਪਾਣੀ ਦੇ ਕੋਲ ਨਾਲ ਰੋਗ ਰਹਿਤ ਕਰਨੇ ਚਾਹੀਦੇ ਹਨ ਨੈਕਸਟ ਅਸੀਂ ਡਿਸਕਸ ਕਰਾਂਗੇ ਮਿਰਚ ਦੀਆਂ ਮੁੱਖ ਬਿਮਾਰੀਆਂ ਜਿਸ ਵਿੱਚ ਸਭ ਤੋਂ ਪਹਿਲਾ ਹੈ ਫਰੂਟ ਰੌਟ ਐਂਡ ਡਾਈ ਬੈਗ ਜਿਸ ਨੂੰ ਟਾਹਣੀਆਂ ਦਾ ਸੁੱਕਣਾ ਅਤੇ ਫਲ ਗਲਣਾ ਕਹਿੰਦੇ ਹਨ ਇਸ ਦਾ ਕਾਰਕ ਜੀਵ ਹੈ ਕੋਲੀਟੋ ਟ੍ਰਾਈਕਮ ਕੈਪਸਿਕੀ ਲੱਛਣ ਪੱਕਦੇ ਫਲਾਂ ਵਾਲੀਆਂ ਟਹਿਣੀਆਂ ਦੇ ਸਿਰੇ ਸੁੱਕਣੇ ਸ਼ੁਰੂ ਹੋ ਜਾਂਦੇ ਹਨ ਫਲਾਂ ਉੱਤੇ ਗੂੜੇ ਕਾਲੇ ਡੂੰਗੇ ੱੱਬੇ ਨਜ਼ਰ ਆਉਂਦੇ ਹਨ ਜੋ ਗੁਲਾਬੀ ਪਾ ਮਾਰਦੇ ਹਨ ਰੋਕਥਾਮ ਨਰੋਆ ਬੀਜ ਬੀਜੋ ਬਿਮਾਰੀ ਸ਼ੁਰੂ ਹੋਣ ਤੇ 250 ਮਿਲੀਲੀਟਰ ਫਲੋਰੀਕਰ ਜਾਂ 750 ਗ੍ਰਾਮ ਇੰਡੋਫਿਲ ਐਮ 45 ਜਾਂ ਬਲਾਈਟੋਕਸ ਨੂੰ 250 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ ਇਸ ਤੋਂ ਬਾਅਦ ਤਿੰਨ ਹੋਰ ਛਿੜਕਾਅ 10 ਦਿਨਾਂ ਦੇ ਵਕਫੇ ਤੇ ਕਰਨੇ ਚਾਹੀਦੇ ਹਨ ਨੈਕਸਟ ਚਿਲੀ ਲੀਫ ਕਰਲ ਜਿਸ ਨੂੰ ਪੱਤਿਆਂ ਦਾ ਮੁੜਨਾ ਕਿਹਾ ਜਾਂਦਾ ਹੈ ਇਸ ਦਾ ਕਾਰਕ ਜੀਵ ਵਾਇਰਸ ਹੈ ਲੱਛਣ ਵਿਸ਼ਾਣੂਆਂ ਦੇ ਹਮਲੇ ਨਾਲ ਪੱਤੇ ਥੱਲੇ ਨੂੰ ਮੁੜ ਜਾਂਦੇ ਹਨ ਨਾੜੀਆਂ ਫੁੱਲ ਜਾਂਦੀਆਂ ਹਨ ਪੌਦੇ ਝਾੜੀ ਵਾਂਗ ਬਣ ਜਾਂਦੇ ਹਨ ਅਤੇ ਫਲ ਫੁੱਲ ਵੀ ਨਹੀਂ ਲੱਗਦੇ ਇਹ ਬਿਮਾਰੀ ਚਿੱਟੀ ਮੱਖੀ ਰਾਹੀਂ ਫੈਲਦੀ ਹੈ ਰੂਕtham ਰੋਗੀ ਪੌਦਿਆਂ ਨੂੰ ਪੁੱਟ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ ਬੀਜ ਰੋਗ ਰਹਿਤ ਪੌਦਿਆਂ ਤੋਂ ਹੀ ਲੈਣੇ ਚਾਹੀਦੇ ਹਨ ਨੈਕਸਟ ਅਸੀਂ ਡਿਸਕਸ ਕਰਾਂਗੇ ਬਰਿੰਜਲ ਰੂਟ ਨੋਟ ਨੀਮਟੋਡ ਯਾਨੀ ਕਿ ਬੈਂਗਣ ਵਿੱਚ ਰੂਟ ਨੋਟ ਨੀਮਟੋਡ ਦੀ ਬਿਮਾਰੀ ਇਸ ਦਾ ਕਾਰਕ ਜੀਵ ਹੈ ਵੈਲਿਓ ਡੋਗਾਈਨੀ ਇਨਕੋਗਨੀਟਾ ਲੱਛਣ ਇਸ ਰੋਗ ਨਾਲ ਪੱਤੇ ਪੀਲੇ ਪੈ ਜਾਂਦੇ ਹਨ ਅਤੇ ਫਸਲ ਦਾ ਵਾਧਾ ਰੁਕ ਜਾਂਦਾ ਹੈ ਜੜ੍ਹਾਂ ਉੱਤੇ ਗੰਢਾਂ ਪੈ ਜਾਂਦੀਆਂ ਹਨ ਪਨੀਰੀ ਵਾਲੇ ਪੌਦਿਆਂ ਤੋਂ ਵੀ ਅਸਰ ਹੁੰਦਾ ਹੈ ਰੋਕਥਾਮ ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਵਾਲੀ ਥਾਂ ਨੂੰ ਭਰਵਾ ਪਾਣੀ ਲਾ ਕੇ ਪਲਾਸਟਿਕ ਦੀ ਚਾਦਰ ਨਾਲ ਮਈ ਜੂਨ ਦੇ ਮਹੀਨੇ ਵਿੱਚ ਚੰਗੀ ਤਰ੍ਹਾਂ ਟੱਕ ਕੇ 40 ਦਿਨਾਂ ਵਾਸਤੇ ਧੁੱਪ ਲਗਾਓ ਜੜ ਗੰਡ ਰੋਗਤ ਜ਼ਮੀਨਾਂ ਵਿੱਚ ਸਬਜ਼ੀਆਂ ਦੇ ਫਸਲੀ ਚੱਕਰ ਵਿੱਚ ਲਸਣ ਲਗਾਓ ਇਨ੍ਹਾਂ ਖੇਤਾਂ ਵਿੱਚ ਸਣ ਦੀ ਬਿਜਾਈ ਤੋਂ 50 ਦਿਨਾਂ ਬਾਅਦ ਹਰੀ ਖਾਦ ਲਈ ਵਾਈ ਕਰੋ ਨਿਮਟੋਡ ਵਾਲੇ ਪ੍ਰਭਾਵਿਤ ਖੇਤਾਂ ਵਿੱਚ ਟੈਂਚਾਂ ਨੂੰ ਹਰੀ ਖਾਦ ਲਈ ਨਾ ਵਰਤੋ। ਨੈਕਸਟ ਅਸੀਂ ਡਿਸਕਸ ਕਰਾਂਗੇ ਸ਼ਿਮਲਾ ਮਿਰਚ ਦੀਆਂ ਮੁੱਖ ਬਿਮਾਰੀਆਂ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਹੈ ਫਰੂਟ ਰਾਟ ਐਂਡ ਡਾਈ ਬੈਗ ਜਿਸ ਨੂੰ ਟਹਿਣੀਆਂ ਦਾ ਸੁੱਕਣਾ ਅਤੇ ਫਲ ਗਲਣਾ ਕਿਹਾ ਜਾਂਦਾ ਹੈ। ਇਸ ਦਾ ਕਾਰਕ ਜੀਵ ਹੈ ਕੋਲੀਟੋ ਟ੍ਰਾਈਕਮ ਕੈਪਸਿਕੀ ਲੱਛਣ ਪੱਕਦੇ ਫਲਾਹ ਵਾਲੀਆਂ ਟਾਹਣੀਆਂ ਦੇ ਸਿਰੇ ਸੁੱਕਣੇ ਸ਼ੁਰੂ ਹੋ ਜਾਂਦੇ ਹਨ ਫਲਾਹ ਉਤੇ ਗੂੜੇ ਕਾਲੇ ਡੂੰਗੇ ਤੱਬੇ ਨਜ਼ਰ ਆਉਂਦੇ ਹਨ ਜੋ ਗੁਲਾਬੀ ਪਾਹ ਮਾਰਦੇ ਹਨ ਰੋਕथाम ਬਿਮਾਰੀ ਸ਼ੁਰੂ ਹੋਣ ਤੇ 750 ਗ੍ਰਾਮ ਇੰਡੋਫਿਲ ਐਮ 45 ਜਾਂ ਬਲਾਈਟਕਸ ਨੂੰ 250 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ ਇਸ ਤੋਂ ਬਾਅਦ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਬੀਜ ਨੂੰ ਬੀਜਣ ਤੋਂ ਪਹਿਲਾਂ 3 ਗ੍ਰਾਮ ਥੀਰਮ ਦੇ ਨਾਲ ਸੂਧ ਕੇ ਬੀਜੋ ਨੈਕਸਟ ਵੈਟ ਰੌਟ ਜਿਸ ਨੂੰ ਗਿੱਲੀ ਸੜ ਵੀ ਕਿਹਾ ਜਾਂਦਾ ਹੈ ਇਸ ਦਾ ਕਾਰਕ ਜੀਵ ਹੈ ਕੋਇਨੇਫੋਰਾ ਕਿਕਰ ਬਿਟੀਰੀਅਮ ਲੱਛਣ ਹਮਲੇ ਵਾਲੀ ਜਗ੍ਹਾ ਤੇ ਕਾਲੇ ਰੰਗ ਦੇ ਤੱਬੇ ਪੈ ਜਾਂਦੇ ਹਨ ਰੋਕथाम ਬੀਜਣ ਤੋਂ ਪਹਿਲਾਂ ਬੀਜ ਨੂੰ 2 ਗ੍ਰਾਮ ਥੀਰਮ ਪ੍ਰਤੀ ਕਿਲੋ ਦੇ ਸਾਵ ਨਾਲ ਸੋਧ ਕੇ ਬੀਜੋ ਬਿਮਾਰੀ ਸ਼ੁਰੂ ਹੋਣ ਤੇ 750 ਗ੍ਰਾਮ ਇੰਡੋਫਿਲ ਐਮ 45 ਜਾਂ ਬਲਾਈਟਕਸ 250 ਐਮਲ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ ਇਸ ਤੋਂ ਬਾਅਦ 10 ਦਿਨਾਂ ਦੇ ਵਕਫੇ ਤੇ ਛਿੜਕਾਅ ਕਰਨਾ ਚਾਹੀਦਾ ਹੈ ਥੈਂਕ ਯੂ